देख रहे हो चैनल इंडिया क्राइम न्यूज़। मैं थोड़ा अपना गुरजंट सिंह। असी टीम पहुंची है श्री मुक्तसर साहिब नवी दाणा मंडी, जिथों के लंबी बीमारी कारण दर्शन सिंह मराड़ सबका MLA की मौत हो गई सी, जो उन्होंने अज श्रद्धा के फुल भेट किए वख-वख सियासी पार्टियां वालों तो समाज सेवकों वालों। तुसीं देखो इसकी पूरी रिपोर्ट। मैनूं दो इजाजत, मेरे नाल कैमरामैन जतन सिंह भट्टी। धन्यवाद। ਜਿਹੜੇ ਮਰਾੜ ਸਾਹਿਬ ਤੁਹਾਡੇ ਬਹੁਤ ਦੁੱਖ ਸੁੱਖ ਦੇ ਸਾਥੀ ਸਨ, ਵਿਛੜ ਗਏ ਨੇ, ਕੀ ਕਹਿਣਾ ਚਾਹੋਗੇ? ਅੱਜ ਸਾਸੂ ਮਰਾੜ ਬਹੁਤ ਹੀ ਇਸ ਇਲਾਕੇ ਦੇ ਵਿੱਚ, ਮੈਂ ਕਹਿ ਸਕਦਾ ਕਿ ਰਾਜਨੀਤਿਕ, ਸਮਾਜਿਕ, ਧਾਰਮਿਕ ਵਿਚਾਰਿਆਂ 'ਚ ਉਹਨਾਂ ਨੇ ਡਾਕਟਰ ਸਿੰਘ ਮਰਾੜ ਨੇ ਆਪਣੀ ਜਿਹੜੀ ਪਹਿਚਾਣ ਹੈ ਨਾ, ਇੱਕ ਆਪਣਾ ਸਪਸ਼ਟ ਗ੍ਰਿਡ ਸਟੈਂਡ ਕਰਕੇ ਔਰ ਇੱਕ ਸਹਿਚਾਰ ਕਰਕੇ, ਇੱਕ ਚੰਗੇ ਵਿਚਾਰ ਕਰਕੇ, ਲੋਕਾਂ ਦੀ ਸੇਵਾ ਕਰਕੇ, ਸਹਿਕਾਰਤਾ ਖੇਤਰ 'ਚ, ਵਿਧਾਨ ਸਭਾ ਦੇ ਵਿੱਚ ਜਾਂ ਪੰਚਾਇਤ ਭਾਗ ਦੇ ਵਿੱਚ, ਜਿਸ ਤਰ੍ਹਾਂ ਵੀ ਜਿੱਥੇ ਵੀ ਉਹਨਾਂ ਨੇ ਸੇਵਾ ਕੀਤੀ, ਉੱਥੇ ਉਹਨਾਂ ਨੇ ਆਪਣਾ ਸਤਿਕਾਰ ਪਾਇਆ। ਉਹਨਾਂ ਦੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਲੱਗਾ ਅਤੇ ਪਰਿਵਾਰ ਦਾ ਹਮਦਰਦੀ ਦਾ ਇਜ਼ਹਾਰ ਕਰਦੀ ਹੈ। ਮਿਲਣਾ ਤਾਂ ਬਹੁਤ ਔਖਾ ਹੈ। 1978 ਤੋਂ ਸਾਡੀ ਦੋਸਤੀ ਪਈ, ਜਿਹੜੀ ਕਿ ਅਖੀਰਲੇ ਦਮ 'ਤੇ ਨਿਭਦੀ ਗਈ। 43 ਸਾਲ ਅਸੀਂ ਇਕੱਠੇ ਰਲ ਮਿਲ ਕੇ ਫੈਸਲੇ ਵੀ ਕੀਤੇ, ਬੜੀਆਂ ਗੱਲਾਂ ਵੀ ਕੀਤੀਆਂ, ਉਤਰਾਅ ਚੜ੍ਹਾਅ ਵੀ ਬੜੇ ਵੇਖੇ, ਬੜੇ ਮਾੜੇ ਚੰਗੇ ਸਮੇਂ ਵੀ ਵੇਖੇ, ਪਰ ਸਾਡੀ ਦੋਸਤੀ 'ਚ ਕਦੇ ਕੋਈ ਫਰਕ ਨਹੀਂ ਪਿਆ। ਮਰਾੜ ਸਾਹਿਬ ਇੱਕ ਬਹੁਤ ਹੀ ਨੇਕ ਇਨਸਾਨ ਸਨ, ਉਹਨਾਂ ਦੇ ਮਨ ਦੇ ਵਿੱਚ ਕੋਈ ਖੋਟ ਨਹੀਂ ਸੀ। ਜਿਹੜੀ ਗੱਲ ਉਹਨਾਂ ਦੇ ਢਿੱਡ ਸੀ ਉਹ ਵੀ ਬਾਹਰ ਸੀ, ਜਿਹੜੀ ਗੱਲ ਕਹਿ ਲੈਂਦੇ ਫਿਰ ਉਹਦੇ 'ਤੇ ਪਹਿਰਾ ਦਿੰਦੇ ਸੀ। ਸੋ ਇਰਾਦੇ ਦੇ ਬੜੇ ਦ੍ਰਿੜ ਸਨ, ਜੋ ਮਨ ਦੇ ਵਿੱਚ ਧਾਰ ਲੈਂਦੇ ਫਿਰ ਉਹ ਪੂਰਾ ਕਰਕੇ ਹਟਦੇ ਸੀ। ਨਹੀਂ, ਮੁਕਤਸਰ ਵਰਗੇ ਇਲਾਕੇ 'ਚ ਜਿੱਥੇ ਬਹੁਤ ਵੱਡੇ ਵੱਡੇ ਲੋਕ ਬੈਠੇ ਹੋਣ, ਉੱਥੇ MLA ਬਣਨਾ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨਾ, ਹੋਰ ਅਹੁਦੇਦਾਰੀਆਂ ਮੰਨਣੀਆਂ, ਕਾਫੀ ਔਖਾ ਕੰਮ ਹੁੰਦਾ ਉਸ ਲੜਾਈ ਦੇ ਵਿੱਚੋਂ ਨਿਕਲਣਾ। ਪਰ ਇਸ ਬਹਾਦਰ ਇਨਸਾਨ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ, ਵੇਖੋ, ਮੁੱਖ ਮੰਤਰੀ ਦੇ ਮੁੰਡੇ ਨੂੰ ਉਹਦੇ ਘਰ ਦੇ ਵਿੱਚ ਹਰਾ ਕੇ ਜਿੱਤਣੀ ਕੋਈ ਛੋਟੀ ਗੱਲ ਨਹੀਂ ਹੁੰਦੀ। ਫਿਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੁਕਤਸਰ 'ਚ ਦੋ ਵੱਡੀਆਂ ਹਸਤੀਆਂ ਨੂੰ ਹਰਾ ਕੇ ਅਸੈਂਬਲੀ ਵਿੱਚ ਜਾਣਾ, ਇਹ ਵੀ ਕੋਈ ਛੋਟੀ ਗੱਲ ਨਹੀਂ ਹੁੰਦੀ। ਸੋ ਦ੍ਰਿੜ ਇਰਾਦੇ ਦੇ ਸਨ ਅਤੇ ਲੋਕਾਂ ਨੂੰ ਉਹ ਪਿਆਰ ਕਰਦੇ ਸਨ, ਇਸੇ ਕਰਕੇ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ, ਤਾਂ ਹੀ ਵੱਡੇ ਵੱਡੇ ਬੰਦਿਆਂ ਨੂੰ ਠੁਕਰਾ ਕੇ ਲੋਕ ਉਹਨਾਂ ਨੂੰ ਜਿਤਾਉਂਦੇ ਰਹੇ। ਬੜਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਉਤਰਾਅ ਚੜ੍ਹਾਅ ਵੀ ਵੇਖਿਆ, ਔਖੇ ਪੌਖੇ ਸਮੇਂ ਬੜੇ ਵੇਖੇ, ਪਰ ਉਹ ਆਪਣੇ ਇਰਾਦੇ ਦੇ ਵਿੱਚ ਕਦੇ ਪਿੱਛੇ ਨਹੀਂ ਸੀ ਹਟਦੇ, ਜਿਹੜੀ ਗੱਲ ਧਾਰ ਲੈਂਦੇ। ਦੋਸਤਾਂ ਦੇ ਦੋਸਤ ਸਨ, ਮੁਕਤਸਰ ਦੇ ਵਿੱਚ ਵੀ ਉਹਨਾਂ ਦੇ ਦੋਸਤਾਂ ਦਾ ਜਿਹੜਾ ਘੇਰਾ ਸੀ ਉਹ ਬੜਾ ਤਕੜਾ ਸੀਗਾ। ਗਰੁੱਪ ਸੀ ਇਹਨਾਂ ਦਾ ਇੱਕ ਬਹੁਤ ਵੱਡਾ, ਮਾਸਟਰ ਰਿਖੀ ਰਾਮ ਜੀ ਖੜ੍ਹੇ ਨੇ ਸਾਡੇ ਕੋਲ, ਵਜ਼ੀਰ ਚੰਦ ਜੀ, ਬੂੜ ਚੰਦ ਜੀ, ਬਾਲਾ ਜੀ, ਬਿੱਕਰ ਜੀ, ਵੇਦਾ ਜੀ, ਦਲੀਪ ਸਿੰਘ, ਆਪਣੇ ਮੁਕਤਸਰ ਵਾਲੇ ਹੁੰਦੇ ਉਹ ਸਾਰੇ ਜਣੇ ਬਹੁਤ ਨੇਕ ਬੰਦਿਆਂ ਦਾ ਇਹਨਾਂ ਦਾ ਇੱਕ ਧੜਾ ਸੀ, ਅਤੇ ਧੜਾ ਜਿੱਧਰ ਪੈ ਜਾਂਦਾ ਸੀ ਨਾ, ਫਿਰ ਇਹ ਪਾਸਾ ਪਲਟ ਦਿੰਦਾ ਸੀ। ਮੁਕਤਸਰ ਦੀ ਸਿਆਸਤ ਜੇ ਕਹਿ ਲਈਏ ਤਾਂ ਇਹਨਾਂ ਦੀ ਮਰਜ਼ੀ ਨਾਲ ਚੱਲਦੀ ਸੀ, ਜਿਹਨੂੰ ਮਰਜ਼ੀ MLA ਬਣਾ ਸਕਦੇ ਸੀ, ਜਿਹਨੂੰ ਮਰਜ਼ੀ ਹਰਾ ਸਕਦੇ ਸੀ। ਸੋ ਅਸੀਂ ਤਾਂ ਵੇਖਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 80 ਵਾਲੀ ਬਾਈ ਇਲੈਕਸ਼ਨ ਫਰੀਦਕੋਟ ਵਾਲੀ, ਇਹਨਾਂ ਨੇ ਸਾਡੀ ਮਦਦ ਕੀਤੀ, ਅਸੀਂ ਜੇਤੂ ਹੋ ਕੇ ਨਿਕਲੇ ਉੱਥੇ। ਸੋ ਇਹ ਬਹੁਤ ਹੀ ਨੇਕ ਇਨਸਾਨ, ਇਹੋ ਜਿਹੇ ਇਨਸਾਨ ਨਹੀਂ ਮਿਲਦੇ ਹੁੰਦੇ। ਚਲਿਆ ਗਿਆ ਕੋਈ ਵੱਸ ਨਹੀਂ, ਕੋਈ ਜਾਣਾ ਤਾਂ ਹੈਗਾ, ਗੁਰੂ ਦੀ ਮਰਜ਼ੀ ਹੈ, ਪਰ ਬੜੇ ਘੱਟ ਲੋਕ ਹੁੰਦੇ ਨੇ ਇਹੋ ਜਿਹੇ ਦੋਸਤਾਂ ਦੇ ਦੋਸਤ, ਦਰਿਆ ਦਿਲ, ਬਹੁਤ ਵੱਡੇ ਮਹਿਮਾਨ ਨਵਾਜ਼, ਬੜੇ ਘੱਟ ਲੋਕ ਤੁਹਾਨੂੰ ਇਹੋ ਜਿਹੇ ਮਿਲਣਗੇ। ਸੋ ਚਲਿਆ ਗਿਆ ਸਾਡਾ ਰੰਗਲਾ ਸਾਥੀ ਸੀਗਾ, ਬੇਸ ਤਾਂ ਕੋਈ ਜਾਂਦੀ ਨਹੀਂ, ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਮਗਰ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ, ਉਵੇਂ ਜੇ ਕਿ ਉਹਨਾਂ ਨੂੰ ਇਲਾਕੇ ਦੀ ਸੇਵਾ ਕਰਨ ਦਾ ਬੰਦਸ਼। ਤੁਹਾਡੇ ਮੁਖਾਰ ਮੈਂ ਦੱਸਣਾ ਚਾਹੁੰਦੇ ਕਿ ਮਰਾੜ ਸਾਹਿਬ ਨਹੀਂ ਰਹੇ, ਪਰਿਵਾਰ ਦੇ ਵਿੱਚੋਂ ਅੱਗੇ ਵੀ ਕੋਈ ਰਾਜਨੀਤੀ 'ਚ ਆ ਰਿਹਾ? ਦੇਖੋ, ਪਰਿਵਾਰ ਦੇ ਵਿੱਚ ਹੁਣ ਦੋ ਹੀ ਬੱਚੇ ਰਹਿ ਗਏ ਇਹਨਾਂ ਦਾ। ਰਾਜਨੀਤਿਕ ਜਿਹੜਾ ਬੇਟਾ ਸੀ ਉਹ ਸੀ ਪਿਰਸੀ ਸਿੰਘ, ਉਹਦੀ ਐਕਸੀਡੈਂਟ ਹੋ ਗਿਆ ਸੀ ਰੇਲ ਗੱਡੀ ਨਾਲ, ਅਚਨਚੇਤ ਕਾਫੀ ਸਾਲ ਹੋ ਗਏ। ਉਹ ਤੋਂ ਬਾਅਦ ਹੁਣ ਰਾਜ ਬਲਵਿੰਦਰ ਹੀ ਰਹਿ ਗਿਆ, ਜੋ ਆਪਣਾ ਜਸਪਾਲ ਤਾਂ ਕੈਨੇਡਾ ਹੈ, ਉਹਦਾ ਤਾਂ ਨਹੀਂ ਆਏਗਾ ਇੱਥੇ, ਉਹਦਾ ਤਾਂ ਉੱਥੇ ਫਿੱਟ ਹੈ ਕੰਮ, ਉਹਦੇ ਕਾਰੋਬਾਰ ਬਹੁਤ ਵਧੀਆ ਹੈ। ਅਤੇ ਮੈਨੂੰ ਲੱਗਦਾ ਵੀ ਰਾਜ ਬਲਵਿੰਦਰ ਦੀ ਸਰਵਿਸ 2-3 ਸਾਲ ਰਹਿੰਦੀ ਹੈ, ਅਤੇ ਸ਼ਾਇਦ ਇਹ ਰਾਜਨੀਤੀ 'ਚ, ਇਹਦੇ ਖੂਨ ਦੇ ਵਿੱਚ ਤਾਂ ਰਾਜਨੀਤੀ ਸਾਰੇ ਟੱਬਰ ਦੇ ਵਿੱਚ ਹੀ ਹੈ, ਅਤੇ ਮੈਨੂੰ ਲੱਗਦਾ ਵੀ ਇਹ ਰਾਜਨੀਤੀ ਵਾਲੇ ਖੇਤਰ 'ਚ ਬੜੀ ਛੇਤੀ ਆ ਜਾਏਗਾ, ਆਪਾਂ ਵੇਖਾਂਗੇ ਸਾਰੇ। ਅਤੇ ਅਸੀਂ ਵੀ ਚਾਹਾਂਗੇ ਕਿ ਰਾਜਨੀਤੀ ਖੇਤਰ ਵਿੱਚ ਆਵੇ, ਜਿੰਨੀ ਮਦਦ ਅਸੀਂ ਕਰ ਸਕਦੇ ਹੋਏ ਅਸੀਂ ਵੀ ਕਰਾਂਗੇ। ਓਕੇ, ਥੈਂਕ ਯੂ।
इंडिया क्राइम न्यूज, जुर्म के खिलाफ जंग। आप देख रहे हैं इंडिया क्राइम न्यूज।